ਹੋ ਗਿਆ ਅਤੇ ਮੁਆਫ਼ੀ ਦੇਣਾ, ਕਿਉਂਕਿ ਸੱਭਿਆਚਾਰ ਦੀ ਗੱਲ ਹੋਈ ਸੀਗੀ। ਮੇਰੇ ਹਿਸਾਬ ਨਾਲ ਸੱਭਿਆਚਾਰ ਸਾਡੀ ਮਾਂ ਤੋਂ ਸ਼ੁਰੂ ਹੁੰਦੀ ਹੈ। ਮਾਂ ਦੀ ਮੇਰੀ ਜਿਹੜੀ ਕਵਿਤਾ ਵਾ ਮਾਂ ਦੇ ਰਿਲੇਟਡ ਆ, ਕਿਉਂਕਿ ਹਰ ਇੱਕ ਜਿਹੜੇ ਵੀ ਆਪਾਂ ਹਾਲ 'ਚ ਸ਼ੋਭਤ ਹਾਂ, ਹਰ ਇੱਕ ਦਾ ਤਸੱਵਰ ਆਪਣਾ ਆਪਣਾ ਵਾ ਮਦਰ ਦੇ ਬਾਰੇ, ਮਾਂ ਦੇ ਬਾਰੇ। ਅਤੇ ਮੈਂ ਜੋ ਮੇਰਾ ਤਸੱਵਰ ਸੀਗਾ ਮੇਰੀ ਮਾਤਾ ਜੀ ਬਾਰੇ, ਉਹਦੇ ਸੰਬੰਧ ਦੇ ਵਿੱਚ ਮੈਂ ਜਿਹੜੀ ਆ ਕਵਿਤਾ ਤੁਹਾਨੂੰ ਸੁਣਾ ਰਿਹਾ। ਸੋ ਅਰਜ਼ ਹੈ, ਚਿਰ ਹੋਇਆ ਤਰਕਾਲਾਂ ਪਈਆਂ, ਥੱਕਿਆ ਚਿਹਰਾ ਥੱਕੀਆਂ ਨਜ਼ਰਾਂ, ਚਿਰ ਹੋਇਆ ਤਰਕਾਲਾਂ ਪਈਆਂ, ਥੱਕਿਆ ਚਿਹਰਾ ਥੱਕੀਆਂ ਨਜ਼ਰਾਂ, ਮਨ ਤੇਰੇ ਨੇ ਅਜੇ ਨਾ ਬਾਜ਼ੀ ਹਾਰੀ, ਮਾਏ ਨੀ ਤੇਰੇ ਪਵਨ ਵੇਗ ਦੇ ਵਾਰੇ ਵਾਰੇ ਜਾਈ, ਵਾਰੇ ਵਾਰੇ ਜਾਈ। ਤਨ ਦੀ ਫੁਰਤੀ ਪੈ ਗਈ ਮੱਧਮ, ਤਨ ਦੀ ਫੁਰਤੀ ਪੈ ਗਈ ਮੱਧਮ, ਮਨ ਦਾ ਉਧਮ ਅਜੇ ਵੀ ਚੋਖਾ, ਮਨ ਦਾ ਉਧਮ ਅਜੇ ਵੀ ਚੋਖਾ, ਪੌਣਾ ਦੇ ਬੁੱਲਿਆਂ ਦੇ ਵਾਂਗੂ ਪਰਦਾ ਫਿਰੇ ਉਡਾਰੀ, ਪਰਦਾ ਫਿਰੇ ਉਡਾਰੀ, ਵੇਖ ਕੇ ਤੈਨੂੰ ਲੱਗਦਾ ਜੀ ਕਰ, ਅਰਸ਼ਾਂ 'ਤੇ ਕੋਈ ਉਦਮੀ ਪਰਿੰਦਾ ਪਵਨ ਵੇਗ ਵਿੱਚ ਲਾਉਂਦਾ ਫਿਰੇ ਉਡਾਰੀ, ਲਾਉਂਦਾ ਫਿਰੇ ਉਡਾਰੀ। ਮਾਏ ਨੀ ਤੂੰ ਕਿਸ ਮਿੱਟੀ ਦੀ ਜਾਈ, ਧੁੱਪ ਤੇਰੀ ਦਾ ਨਿਗ ਮਾਨਿਆ, ਧੁੱਪ ਤੇਰੀ ਦਾ ਨਿਗ ਮਾਨਿਆ, ਬਿਰਖ ਤੇਰੇ ਦੀ ਛਾਂ ਮੈਂ ਹੰਡਾਈ, ਮਮਤਾ ਦੀ ਚੋਲੀ ਵਿੱਚ ਰਿੜਦੇ ਹੋ ਗਏ ਦੂਨ ਸਵਾਈ, ਨੀ ਅਸੀਂ ਹੋ ਗਏ ਦੂਨ ਸਵਾਈ, ਮਾਏ ਨੀ ਤੇਰੇ ਏ
ਪਵਨ ਵੇਗ ਦੇ ਸਦ ਬਲਿਹਾਰੇ ਜਾਈ। ਆਖਰੀ ਬਾਂਦਾ, ਜਾਬਤ ਜ਼ਬਤ ਦੀ ਗੁੜਤੀ ਦਿੱਤੀ, ਜ਼ਾਬਤ ਜ਼ਬਤ ਦੀ ਗੁੜਤੀ ਦਿੱਤੀ ਤੇ ਸਾਡਾ ਇਲਮ ਬਣਾਇਆ ਸਾਈ। ਜ਼ਾਬਤ ਜ਼ਬਤ ਦੀ ਗੁੜਤੀ ਦਿੱਤੀ ਤੇ ਸਾਡਾ ਇਲਮ ਬਣਾਇਆ ਸਾਈ। ਲਾਟ ਇਹਦੀ ਫਿਰ ਬੁਝਣ ਨਾ ਦਿੱਤੀ, ਕਰ ਜਨੂਨ ਦੇ ਤਾਈ ਸਾਨੂੰ, ਕਰ ਜਨੂਨ ਦੇ ਤਾਈ ਮਾਏ ਦੀ ਤੇਰੇ ਹੱਠ ਜਨੂਨ ਦੇ ਵਾਰੇ ਵਾਰੇ ਜਾਈ, ਵਾਰੇ ਵਾਰੇ ਜਾਈ ਮਾਏ ਨੀ ਤੇਰੇ ਪਵਨ ਵੇਗ ਦੇ ਵਾਰੇ ਵਾਰੇ ਜਾਈ, ਵਾਰੇ ਵਾਰੇ ਜਾਈ।